वेलकम बैक टू ऑल माय व्यूअर्स और माय YouTube चैनल जस्ट डू इट फॉर अ ब्राइट फ्यूचर आज का सेशन शुरू करने तो पहला मैं एक स्लोगन ਦੇ ਨਾਲ ਸਟਾਰਟ ਕਰੂੰਗਾ ਪ੍ਰੈਕਟਿਸ ਇਜ਼ ਅ ਕੀ ਆਫ ਸਕਸੈਸ ਇਸ ਦਾ ਮਤਲਬ ਵੀ ਜੇਕਰ ਜਿੰਨੀ ਜ਼ਿਆਦਾ ਪ੍ਰੈਕਟਿਸ ਕੀਤੀ ਜਾਂਦੀ ਆ ਤਾਂ ਉਹ ਸਾਡੀ ਸਫਲਤਾ ਦਾ ਕਾਰਨ ਬਣਦੀ ਆ ਬਹੁਤ ਸਾਰੇ ਬੱਚੇ ਜਿਹੜੇ ਹੋਣਗੇ ਡਿਸਕਰੇਜ ਹੋਏ ਹੋਣਗੇ ਕਿਉਂਕਿ ਉਹਨਾਂ ਦੇ ਜਿਹੜੇ ਪ੍ਰੀ ਬੋਰਡ ਨੇ ਉਹ ਜ਼ਿਆਦਾ ਵਧੀਆ ਨਹੀਂ ਨਿਕਲੇ ਹੋਣਗੇ ਜਾਂ ਟਰਮੀਨਲ ਲੈ ਹੋਣਗੇ ਤਾਂ ਉਹਨਾਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਪ੍ਰੈਕਟਿਸ ਕਰਦੇ ਰਹਿਣਾ ਤੇ ਆਪਣੇ ਆਪ ਨੂੰ ਇੰਪਰੂਵ ਕਰਨਾ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਇਸੇ ਮੋਟੋ ਨੂੰ ਅੱਗੇ ਕਰਦੇ ਹੋਏ ਮੈਂ ਤੁਹਾਡੇ ਲਈ ਅੱਜ ਇੱਕ ਨਵਾਂ ਸੈਸ਼ਨ ਲੈ ਕੇ ਆਇਆ ਹਾਂ ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਇੰਗਲਿਸ਼ ਦੇ ਮਾਡਲ ਟੈਸਟ ਪੇਪਰ ਜਿਹੜਾ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਆਪਣੀ ਸਾਈਟ ਦੇ ਉੱਤੇ ਅਪਲੋਡ ਕੀਤਾ ਵਾ ਅਸੀਂ ਉਹਦੇ ਬਾਰੇ ਡਿਸਕਸ ਕਰਾਂਗੇ ਵੀ ਉਹਨਾਂ ਨੇ ਮਾਡਲ ਟੈਸਟ ਪੇਪਰ ਦੇ ਵਿੱਚ ਕੀ ਕੀ ਨਵੀਆਂ ਚੀਜ਼ਾਂ ਐਡ ਹੋਈਆਂ ਨੇ ਕਿਹੜਾ ਕਿਹੜੇ ਨਵੇਂ ਟੌਪਿਕਸ ਜਿਹੜੇ ਨੇ ਉਹ ਆਉਣਗੇ ਤੇ ਕਿਸ ਤਰੀਕੇ ਦਾ ਜਿਹੜਾ ਬਾਕਸ ਡਿਸਟ੍ਰਿਬਿਊਸ਼ਨ ਹੋਏਗੀ ਉਹ ਸਾਰੀਆਂ ਚੀਜ਼ਾਂ ਅਸੀਂ ਇੱਥੇ ਡਿਸਕਸ ਕਰਾਂਗੇ ਇਹਦੇ ਵਿੱਚ ਦੱਸਿਆ ਗਿਆ ਵੀ 80 ਮਾਰਕਸ ਦਾ ਤੁਹਾਡਾ ਥਿਊਰੀ ਦਾ ਪੇਪਰ ਹੋਏਗਾ 20 ਮਾਰਕਸ ਜਿਹੜੇ ਹੋਣਗੇ ਤੁਹਾਡੇ ਇੰਟਰਨਲ ਚੁਆਇਸ ਹੋਏਗੀ ਜਾਂ ਸੌਰੀ ਤੁਹਾਡੇ ਜਿਹੜੇ ਪ੍ਰੈਕਟੀਕਲ ਬੇਸਡ ਤੇ ਹੋਰ ਜਿਹੜਾ ਤੁਹਾਡਾ ਕਲਾਸ ਅਸੈਸਮੈਂਟ ਲੱਗੇਗੀ ਉਹਦੇ ਵਿੱਚ ਦੱਸਿਆ ਗਿਆ ਵਾ ਲਿਸਨਿੰਗ ਐਂਡ ਸਪੀਕਿੰਗ ਸਕਿਲਸ ਦੇ ਉੱਤੇ ਬੇਸਡ ਹੋਏਗਾ 18 ਨੰਬਰ ਦਾ ਇਹਦੇ ਵਿੱਚ ਤੁਹਾਡੀ ਅਸਾਈਨਮੈਂਟ ਵੀ ਹੋ ਸਕਦੀ ਆ ਦੈਨ 2 ਨੰਬਰ ਦੇ ਜਿਹੜਾ ਬੁੱਕ ਬੈਂਕ ਆ ਤੁਹਾਡੀ ਕਾਪੀਜ਼ ਜਿਹੜੀਆਂ ਨੇ ਉਹ ਵੀ ਚੈੱਕ ਹੋਣਗੀਆਂ ਤਾਂ ਇਸ ਕਰਕੇ ਟੋਟਲ ਜਿਹੜਾ 100 ਮਾਰਕਸ ਦਾ ਜਿਹੜਾ ਪੇਪਰ ਇਸ ਵਾਰ ਕੰਡਕਟ ਹੋਏਗਾ ਤੇ ਹੁਣ ਉਹ ਕਿਸ ਤਰੀਕੇ ਨਾਲ ਡਿਸਟ੍ਰਿਬਿਊਸ਼ਨ ਕੀਤੀ ਹੈ ਉਹਨਾਂ ਨੇ ਉਹਦੇ ਬਾਰੇ ਡਿਸਕਸ ਕਰਦੇ ਹਾਂ ਤੇ ਤੁਹਾਡੇ ਲਈ ਮਾਡਲ ਟੈਸਟ ਪੇਪਰ ਆ ਤੁਸੀਂ ਇਹਨੂੰ ਸੋਲਵ ਵੀ ਕਰ ਸਕਦੇ ਹੋ ਜਿਵੇਂ ਕਿ ਸਾਡੇ ਕੋਲ ਪਹਿਲਾ ਆਏਗਾ ਰੀਡਿੰਗ ਕੰਪਰੀਹੈਂਸ਼ਨ 10 ਮਾਰਕਸ ਦਾ ਠੀਕ ਹੈ ਜੀ ਜਿਹੜਾ ਸੰਦ ਦਿਖਾਇਆ ਹੋਇਆ ਹੋਣੀ ਦੇਖੋ ਯਾਰ ਰੀਡਿੰਗ ਕੰਪਰੀਹੈਂਸ਼ਨ ਆ 10 ਮਾਰਕਸ ਦਾ ਠੀਕ ਹੈ ਏ ਹੁਣ ਥੋੜਾ ਜਿਹਾ ਇਜ਼ੀ ਕੀਤਾ ਗਿਆ ਵਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਕੀ ਇਜ਼ੀ ਕੀਤਾ ਗਿਆ ਵਾ ਇਹਦੇ ਵਿੱਚ ਅਸੀਂ ਉਹ ਦੇਖਦੇ ਆ ਦੇਖੋ ਇਹਦੇ ਵਿੱਚ ਐਮਸੀਕਿਊ ਟਾਈਪਸ ਜਿਹੜੇ ਕੁਐਸਚਨਸ ਨੇ ਉਹ ਮਿਲਣਗੇ ਠੀਕ ਹੈ ਜੀ ਐਮਸੀਕਿਊ ਟਾਈਪ ਜਿਹੜੇ ਕੁਐਸਚਨਸ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਤੁਸੀਂ ਇਹਨੂੰ ਵਧੀਆ ਵਧੀਆ ਤਰੀਕੇ ਨਾਲ ਪੜ੍ਹਨਾ ਵਾ ਤੇ ਉਸ ਤੋਂ ਬਾਅਦ ਜਿਹੜੇ ਐਮਸੀਕਿਊ ਨੇ ਉਹਨਾਂ ਟਿਕ ਕਰਨ ਦੀ ਕੋਸ਼ਿਸ਼ ਕਰਨੀ ਹੈ ਸਾਰੇ ਜਿਹੜੇ ਨੇ ਇਹ ਪੂਰਾ ਕੰਪਰੀਹੈਂਸ਼ਨ ਬੇਸਡ ਹੋਏਗਾ ਯਾਨੀ ਕਿ 5 ਨੰਬਰ ਦਾ ਕੰਪਰੀਹੈਂਸ਼ਨ ਆਏਗਾ ਰੀਡਿੰਗ ਕੰਪਰੀਹੈਂਸ਼ਨ ਦੇ ਵਿੱਚ 10 ਨੰਬਰ ਦਾ 5 ਮਾਰਕਸ ਦਾ ਜਿਹੜਾ ਹੋਏਗਾ ਤੁਹਾਨੂੰ ਪੀਡੀਐਫ ਜਿਹੜੀ ਆ ਉਹ ਮੇਰੇ ਹੁਣ YouTube ਦੇ ਲਿੰਕ ਦੇ ਵਿੱਚ ਨੀਚੇ ਮਿਲ ਜੇਗਾ ਤੁਸੀਂ ਉੱਥੋਂ ਡਾਊਨਲੋਡ ਕਰਕੇ ਵੀ ਦੁਬਾਰਾ ਇਹਨੂੰ ਪੜ੍ਹ ਸਕਦੇ ਹੋ ਤੇ ਆਪਣੇ ਕੋਲ ਮੈਂਮਰਾਈਜ਼ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੇ ਕੋਲ ਆਏਗਾ ਪਿਕਚਰ ਕੰਪਰੀਹੈਂਸ਼ਨ ਤੁਹਾਡਾ ਜਿਹੜਾ ਪਿਕਚਰ ਕੰਪਰੀਹੈਂਸ਼ਨ ਹੋਏਗਾ ਉਹ ਬੱਚਿਆਂ ਦਾ ਥੋੜਾ ਜਿਹਾ ਟਫ ਹੋਏਗਾ ਐਸ ਕੰਪੇਅਰ ਜਿਹੜੀਆਂ ਛੋਟੀਆਂ ਕਲਾਸਾਂ ਨੇ ਉਹਨਾਂ ਦੇ ਨਾਲ ਪੰਜ ਮਾਰਕਸ ਆਏਗਾ ਦੇਖੋ ਇਹਦੇ ਵਿੱਚ ਤੁਹਾਨੂੰ ਸਿੰਪਲ ਇੱਕ ਵਰਡਸ ਜਾਂ ਇੱਕ ਪੂਰਾ ਪੈਂਪਲੈਟਸ ਜਿਹੜਾ ਹੋਏਗਾ ਪੈਂਪਲੈਟਸ ਛਪਿਆ ਹੋਇਆ ਜਿਵੇਂ ਇਹ ਇਹ ਦੱਸਿਆ ਗਿਆ ਵੀ ਕਿਹੜੀ ਕਿਹੜੀ ਚੀਜ਼ਾਂ ਹੁੰਦੀਆਂ ਨੇ ਫੁੱਟਬਾਲ ਕੀ ਆ ਫੁੱਟਬਾਲ ਦੇ ਵਿੱਚ ਕਿਸ ਤਰੀਕੇ ਦਾ ਕਿਹੜੀ ਟੀਮ ਜ਼ਿਆਦਾ ਜਿੱਤੀ ਆ ਕਿੰਨੇ ਟਾਈਮ ਦਾ ਵਰਕ ਹੁੰਦਾ ਵਾ ਇਹ ਸਾਰੀਆਂ ਚੀਜ਼ਾਂ ਇੱਥੇ ਮੈਂਸ਼ਨਸ ਨਹੀਂ ਤਾਂ ਤੁਸੀਂ ਇਹ ਪੂਰੇ ਤਰੀਕੇ ਨਾਲ ਪੜ੍ਹਨਾ ਵਾ ਦੈਨ ਫਿਰ ਉਸ ਤੋਂ ਬਾਅਦ ਐਮਸੀਕਿਊ ਜਿਹੜੇ ਨੀਚੇ ਦਿੱਤੇ ਗਏ ਨੇ ਪੰਜ ਉਹ ਪੂਰੇ ਇਸ ਚੈਪਟਰ 베ਸਡ ਹੀ ਨੇ ਠੀਕ ਹੈ ਜੀ ਤਾਂ ਤੁਸੀਂ ਇਸ ਪੈਂਪਲਟ ਪੂਰਾ ਪੜ੍ਹਨ ਤੋਂ ਬਾਅਦ ਉਸਦੇ ਆਨਸਰ ਜਿਹੜੇ ਨੇ ਉਹ ਕਰਨ ਦੀ ਕੋਸ਼ਿਸ਼ ਕਰਨੀ ਉਸ ਤੋਂ ਬਾਅਦ ਆਣਗੇ 10 ਨੰਬਰ ਦੇ ਜਿਹੜੇ ਚੈਪਟਰ 베ਸਡ ਕੁਐਸਚਨ ਆਨਸਰਸ ਜਿਹਦੇ ਵਿੱਚ ਮੇਨ ਕੋਰਸ ਸਪਲੀਮੈਂਟਰੀ ਤੇ ਪੁਆਇੰਟਸ ਦੇ ਕੁਐਸਚਨ ਆਨਸਰ ਵੀ ਇਨਕਲੂਡ ਹੋਣਗੇ ਠੀਕ ਹੈ ਜੀ ਤਾਂ ਤੁਸੀਂ ਉਹਨੂੰ ਕਰਨ ਦੀ ਕੋਸ਼ਿਸ਼ ਕਰਨੀ ਹੈ ਇਹਦੇ ਵਿੱਚ ਫਿਲਿੰਗ ਦੀ ਬਲੈਂਕਸ ट्रू ਫਾਲਸ ਜਾਂ ਐਮਸੀਕਿਊ ਕੋਈ ਵੀ ਚੀਜ਼ ਦੀ ਜਿਹੜੀ ਵਰਕਿੰਗ ਆ ਉਹ ਆ ਸਕਦੀ ਆ ਤਾਂ ਤੁਸੀਂ ਇਹਨੂੰ ਟਰਾਈ ਕਰਨਾ ਇਹਨੂੰ ਕਰਨ ਦੇ ਵਿੱਚ ਫਿਰ ਉਸ ਤੋਂ ਬਾਅਦ ਜਿਹੜੀ ਆ ਇੰਗਲਿਸ਼ ਟੈਕਸਟਲ ਬੁੱਕਸ ਜਿਹੜੀ ਆ ਮੇਨ ਕੋਰਸ ਦੇ ਵਿੱਚ ਕ੍ਰੋਸ ਉਹਦੇ ਵਿੱਚੋਂ ਆਏਗਾ ਇਸ ਤੇ ਵਿੱਚ ਕੀ ਆ ਇਸ ਦੇ ਵਿੱਚ ਜਿਹੜੇ ਤੁਹਾਡੇ 3 3 ਮਾਰਕਸ ਤੇ 3 3 ਮਾਰਕਸ ਤੇ ਦੋ ਕੁਐਸਚਨ ਆਣਗੇ 6 ਮਾਰਕਸ ਦੇ ਆਣਗੇ ਯਾਨੀ ਕਿ ਤੁਹਾਨੂੰ 6 ਕੋਈ 3 ਕਰਨੇ ਹੋਣਗੇ ਸੌਰੀ 2 ਮਾਰਕਸ ਦੇ ਹੋਣਗੇ ਐਨੀ 3 ਇੱਥੇ ਲਿਖਿਆ ਹੋਇਆ ਦੇਖੋ ਮੈਂਸ਼ਨ ਹੋਏਗਾ ਐਨੀ 3 ਤੁਸੀਂ ਕੁਐਸਚਨਸ ਟਰਾਈ ਕਰਨੇ ਆ ਤੇ ਇਹਦੇ ਵਿੱਚੋਂ ਤੁਸੀਂ ਦੋ-ਦੋ ਮਾਰਕਸ ਦੇ ਕੁਐਸਚਨ ਹੋਣਗੇ ਤੁਹਾਨੂੰ 6 ਕੁਐਸਚਨ ਆਣਗੇ ਇੰਟਰਨਲ ਚੁਆਇਸ ਆ ਬੜਾ ਈਜ਼ੀ ਕੀਤਾ ਗਿਆ ਵਾ ਪੇਪਰ ਇਸ ਵਾਰ ਤੁਹਾਡੇ ਲਈ ਤੇ ਉਸ ਤੋਂ ਬਾਅਦ ਹੈ ਮੇਨ ਕੋਰਸ ਜਿਹੜੀ ਆ ਮੇਨ ਕੋਰਸ ਦੇ ਵਿੱਚ ਪੋਇਟਰੀ ਜਿਹੜੀ ਆ ਉਸ ਦੇ ਵਿੱਚ ਦੋ ਕੁਐਸਚਨ ਕਰਨੇ ਹੋਣਗੇ ਸਟੈਂਜਾ ਬੇਸਡ ਕੁਐਸਚਨਸ ਨੇ ਉਹ ਐਨੀ 2 ਕਰਨੇ ਹੋਣਗੇ ਕੋਈ ਵੀ ਸਟੈਂਜ ਆ ਸਕਦਾ ਤੁਹਾਡੇ ਲਈ ਤਾਂ ਉਹ ਸਟੈਂਜੀ ਬੇਸਡ ਕੀਤੇ ਜਾਣਗੇ ਤੇ ਉਹਦੇ ਵਿੱਚ 3 ਕੁਐਸਚਨ ਆਸਕ ਕੀਤੇ ਜਾਣਗੇ ਤੇ ਤੁਸੀਂ ਉਹਨਾਂ ਦੇ ਆਨਸਰ ਦੇਣੇ ਹੋਣਗੇ ਇਹਦਾ ਵਿੱਚੋਂ 3 ਦੇ ਵਿੱਚੋਂ ਕੋਈ ਵੀ ਤੁਸੀਂ ਦੋ ਜਿਹੜੇ ਕੁਐਸਚਨਸ ਨੇ ਉਹ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੇ ਪਾਈ ਬੇਸਡ ਕੁਐਸਚਨ ਆਣਗੇ ਜਿਹਦੇ ਵਿੱਚੋਂ ਤੁਹਾਨੂੰ ਕੀ ਦੇ 4 ਮਾਰਕਸ ਦਾ ਇੱਕ ਕੁਐਸਚਨ ਆਏਗਾ ਜਾਨਕਿ ਤੁਸੀਂ ਇੰਟਰਨਲ ਚੋਇਸ ਆਏਗੀ ਉਹ ਕੁਝ ਵੀ ਆਸਾ ਦਾ ਵਾ ਸੈਂਟਰਲ ਆਈਡੀਆ ਆ ਸਕਦਾ ਸਮਰੀ ਆ ਸਕਦੀ ਹੈ ਕੁਝ ਵੀ ਆਸਾ ਦਾ ਇਹ ਤੁਹਾਨੂੰ ਪਤਾ ਹੀ ਹੈ ਉਸ ਤੋਂ ਬਾਅਦ ਕੀ ਹੈ ਸਪਲੀਮੈਂਟਰੀ ਦੇ ਕੁਐਸਚਨ ਆਨਸਰਸ ਆਣਗੇ ਉਹਦੇ ਵਿੱਚੋਂ ਸਿਰਫ ਤੁਸੀਂ 2 ਕੁਐਸਚਨਸ ਕਰਨੇ ਹੁਣ ਦੇਖੋ ਇੱਥੇ ਕੀ ਕੀਤਾ ਗਿਆ ਲਾਸਟ ਈਅਰ ਜਿਹੜੇ ਸੀ ਉਹ 3 ਕੁਐਸਚਨ ਸੀ ਹੁਣ ਇੱਥੇ ਇਹਨਾਂ ਨੇ ਕਿਹਾ ਵੀ ਜਸਟ ਤੁਸੀਂ 2 ਕਰਨੇ ਆ 3 ਮਾਰਕਸ ਦੇ ਹੋਣਗੇ ਠੀਕ ਹੈ ਜੀ 3 ਮਾਰਕਸ ਦੇ ਤੁਹਾਡੇ ਇਹ ਸਾਰੇ ਕੁਐਸਚਨ ਹੋਣਗੇ ਤੇ ਤੁਸੀਂ ਇਹਦੇ ਵਿੱਚੋਂ 4 ਦੇ ਵਿੱਚੋਂ 2 ਕਰਨੇ ਹੋਣਗੇ ਉਸ ਤੋਂ ਬਾਅਦ ਵੋਕੈਬਲਰੀ ਪਾਰਟ ਜਿਹੜਾ 4 ਮਾਰਕਸ ਦਾ ਵਾ ਉਹ ਲਾਸਟ ਈਅਰ ਵੀ ਐਨੇ ਦਾ ਹੀ ਸੀਗਾ ਉਸ ਦੇ ਵਿੱਚ ਦੇਖੋ ਤੁਹਾਡੇ ਲਈ ਸੂਟੇਬਲ ਵਰਡਸ ਆਏ ਨੇ ਯਾਨਕਿ ਤੁਸੀਂ ਇਹਦੇ ਵਿੱਚੋਂ ਚੂਜ਼ ਕਰਕੇ ਪਿਕ ਕਰਨਾ ਵਾ ਦੈਨ ਉਸ ਤੋਂ ਬਾਅਦ ਜਿਹੜੀ ਹੈ ਇੱਕ ਪ੍ਰੋਵਰਬ ਸੀ ਜਿਹੜੀ ਆ ਉਹਦੇ ਵਿੱਚ ਫਿਕਸ ਕਰਨੀ ਆ ਲਾਸਟ ਈਅਰ ਤੁਸੀਂ ਪ੍ਰੋਵਰਬ ਰਾਈਟ ਕਰਨੀ ਸੀ ਹੁਣ ਇਹਦੇ ਵਿੱਚ MCQ ਟਾਈਪ ਹੀ ਆਏਗੀ ਜਾਨੀ ਕਿ ਤੁਸੀਂ ਉਹਦੇ ਵਿੱਚ ਫਿਲ ਹੀ ਕਰਨਾ ਉਹਦਾ ਆਨਸਰ ਵਨ ਵਰਡਸ ਫॉर ਮੈਨੀ ਉਹਦੇ ਵਿੱਚ ਆਏਗਾ ਤੇ ਤੁਹਾਨੂੰ ਉਹਦੇ ਵਿੱਚ ਫਿਲ ਕਰਨਾ ਹੋਏਗਾ ਦੈਨ ਉਸ ਤੋਂ ਬਾਅਦ ਇੰਟਰਨਲ ਚੋਇਸ ਦੇ ਵਿੱਚ ਤੁਹਾਡੇ ਕੋਲ ਆਏਗੀ ਕਾਮਨ ਐਰਰ ਠੀਕ ਹੈ ਉਸ ਤੋਂ ਬਾਅਦ ਜਿਹੜੀ ਹੈ ਟਰਾਂਸਲੇਸ਼ਨ ਜਾਨੀ ਕਿ ਹੁਣ ਜਿਹੜਾ ਤੁਹਾਡਾ ਗ੍ਰਾਮਰ ਤੇ ਕੰਪੋਜੀਸ਼ਨ ਜਿਹੜਾ ਪੋਜੀਸ਼ਨ ਆ ਉਹਦੇ ਵਿੱਚ 32 ਮਾਰਕਸ ਦਾ ਪੇਪਰ ਆਏਗਾ ਜਿਹਦੇ ਵਿੱਚ ਉਹਨਾਂ ਨੇ ਤੁਹਾਨੂੰ ਇੰਟਰਨਲ ਚੋਇਸ ਦਿੱਤੀ ਗਈ ਆ ਟਰਾਂਸਲੇਸ਼ਨ ਦੇ ਵਿੱਚੋਂ ਪੰਜਾਬੀ ਟੂ ਇੰਗਲਿਸ਼ ਦੇ ਵਿੱਚੋਂ ਤੁਸੀਂ ਉਹ ਕਰਨੀ ਆ ਠੀਕ ਹੈ ਜੀ ਤੇ ਇਹਦੇ ਵਿੱਚ ਇੱਕ ਚੀਜ਼ ਹੋ ਰਹੀ ਸੀ ਕੀਤੀ ਗਈ ਹੈ ਤੁਹਾਨੂੰ ਆਪਸ਼ਨ ਆਏਗੀ ਆਪਸ਼ਨ ਦੇ ਵਿੱਚੋਂ ਪਿਕ ਕਰਕੇ ਆਨਸਰ ਦੇਣਾ ਵਾ ਠੀਕ ਹੈ ਜੀ ਲਾਸਟ ইয়ার ਜਿਹੜਾ ਸੀਗਾ ਤੁਹਾਨੂੰ ਉਹ ਮੇਕ ਕਰਨਾ ਪੈਂਦਾ ਸੀ ਬਟ ਹੁਣ ਇਹਦੇ ਵਿੱਚ ਕੀ ਆ ਤੁਹਾਨੂੰ ਆਪਸ਼ਨਸ ਆਉਣਗੀਆਂ ਤੇ கரੈਕਟ ਆਪਸ਼ਨ ਚੂਜ਼ ਕਰਕੇ ਤੁਸੀਂ ਆਨਸਰ ਕਰਨਾ ਹੋਏਗਾ ਠੀਕ ਹੈ ਜੀ ਇਹਦੇ ਵਿੱਚ ਇੰਟਰਨਲ ਚੁਆਇਸ ਰੇਅਰ ਹੋਏਗੀ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਠੀਕ ਹੈ ਜੀ ਹੈਗੀ ਹੈ ਬਸ ਤਾਂ ਤੇ ਤੁਹਾਨੂੰ ਪੰਜ ਆਣਗੀਆਂ ਪੰਜ ਦੇ ਵਿੱਚੋਂ ਕੋਈ ਤਿੰਨ ਕਰਨੀਆਂ ਹੋਣਗੀਆਂ ਇਸ ਤੋਂ ਬਾਅਦ ਜਿਹੜੀ ਆ ਤੁਹਾਡੇ ਕੋਲ ਟ੍ਰਾਂਸਲੇਸ਼ਨ ਆਏਗੀ ਹਿੰਦੀ ਤੋਂ ਪੰਜਾਬੀ ਉਹਦੇ ਵਿੱਚ ਤਾਂ ਇਹਦੇ ਵਿੱਚ ਵੀ ਤੁਹਾਡੇ ਲਈ ਕੀ ਆ ਇੰਟਰਨਲ ਚੁਆਇਸ ਹੋਣਗੀਆਂ ਤੇ ਇੰਟਰਨਲ ਚੁਆਇਸ ਦੇ ਵਿੱਚੋਂ ਤੁਸੀਂ ਪੰਜ ਕੁਐਸਚਨ ਜਿਹੜੇ ਨੇ ਉਹ ਕਰਨੇ ਹੋਣਗੇ ਇਸ ਤੋਂ ਬਾਅਦ ਤੁਹਾਡੇ ਕੋਲ ਕੀ ਆ ਡਿਟਰਮਿਨਰਸ ਫਿਕਸ ਕੀਤੇ ਗਏ ਹੋਣਗੇ ਤੇ ਉਸ ਤੋਂ ਬਾਅਦ ਜਿਹੜੇ ਨੇ 10 ਮਾਰਕਸ ਦੀ ਜਿਹੜੀ ਸ਼ਾਰਟ ਗ੍ਰਾਮਰ ਆ ਉਹ ਯੂਜ਼ ਕੀਤੀ ਜਾਏਗੀ ਉਹਦੇ ਵਿੱਚ ਡਿਟਰਮਿਨਰਸ ਨੇ ਜਿਹੜੇ ਇੰਟਰਨਲ ਚੁਆਇਸ ਬੇਸਡ ਆਉਣਗੇ ਉਸ ਤੋਂ ਬਾਅਦ ਮੋਡਲਸ ਵੀ ਜਿਹੜੇ ਨੇ ਉਹ ਇੰਟਰਨਲ ਚੁਆਇਸ ਬੇਸਡ ਆਉਣਗੇ ਤੇ ਪ੍ਰੈਪੋਜੀਸ਼ਨਸ ਜਿਹੜੀਆਂ ਨੇ ਉਹ ਵੀ ਐਮਸੀਕਿਊ ਟਾਈਪਸ ਤੇ ਜਿਹੜਾ ਤੁਹਾਡਾ ਕਨਜੰਕਸ਼ਨ ਆ ਉਹ ਵੀ ਸਾਡੇ ਜਣ ਕਿ ਜਿੰਨਾ ਵੀ ਤੁਹਾਡਾ ਪੇਪਰ ਆਏਗਾ ਆਲਮੋਸਟ ਜ਼ਿਆਦਾਤਰ ਉਹ ਕੀ ਆਏਗਾ एमसीक्यू ਟਾਈਪ ਆਏਗਾ ਤਾਂ ਸਾਰਾ ਜਿਹੜਾ ਵਰਕ ਆ ਬਹੁਤ ਜ਼ਿਆਦਾ ਇਜ਼ੀ ਕੀਤਾ ਗਿਆ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਵਾਇਸ ਤੇ ਨਰੇਸ਼ਨ ਜਿਹੜੇ ਰਹੇ ਹੋ ਤੁਹਾਡੇ ਟਾਪਿਕਸ ਦੇ ਵਿੱਚੋਂ ਕੱਟੀਆਂ ਗਈਆਂ ਉਸ ਤੋਂ ਬਾਅਦ ਐਡਵਰਟਾਈਜ਼ਮੈਂਟ ਜਾਂ ਫਿਰ ਤੁਹਾਡੇ ਨੋਟਿਸ ਆਏਗਾ ਉਹਦੇ ਵਿੱਚ ਚੈੱਕ ਕਰਨਾ ਹੋਏਗਾ ਥੈਨ ਪੈਰਾਗ੍ਰਾਫ ਆਏਗਾ ਇਹ ਪੈਰਾਗ੍ਰਾਫ ਦੇ ਵਿੱਚ ਤੁਹਾਨੂੰ ਕਈ ਵਾਰ ਟਾਈਟਲ ਦਿੱਤਾ ਹੋਏਗਾ ਜਾਨਕਿ ਫਿਲਿੰਗ ਦੀ ਬਲੈਂਕਸ ਨਹੀਂ ਇਹਨੂੰ ਫਿਲ ਕਰਨ ਬਹਿ ਜਾਣਾ ਆ ਦੇਖੋ ਜੀ ਆਵਾ ਇਕੀ ਆ ਇਹਦੇ ਵਿੱਚ ਤੁਸੀਂ ਇਹ ਜਿਹੜੀਆਂ ਅਲਾਈਨਸ ਨੇ ਤੁਹਾਨੂੰ ਹਿੰਟਸ ਦਿੱਤੇ ਗਏ ਨੇ ਠੀਕ ਹੈ ਜੀ ਤੁਸੀਂ ਇਹ ਹਿੰਟਸ ਨੂੰ ਯੂਜ਼ ਕਰਨਾ ਜਾਂ ਤੁਸੀਂ ਨਹੀਂ ਵੀ ਯੂਜ਼ ਕਰਦੇ ਬਸ ਐਜ਼ ਇਟ ਇਜ਼ ਤੁਸੀਂ ਐਸੇ ਜਿਹੜਾ ਵਾ ਉਹ ਲਿਖ ਦੇਣਾ ਵਾ ਇੰਡੀਅਨ ਫੈਸਟੀਵਲ ਜਿਹੜਾ ਵਾ ਤੁਹਾਨੂੰ ਇਹਨੂੰ ਦੁਬਾਰਾ ਯੂਜ਼ ਕਰਨ ਦੀ ਲੋੜ ਵੀ ਨਹੀਂ ਹੈਗੀ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਜਿਹੜਾ ਵਾ ਸਾਡੇ ਕੋਲ ਸਾਡੇ ਕੋਲ ਆ ਜਾਏਗੀ ਸਾਡੀ ਜਿਹੜੀ ਲੈਟਰ ਆ ਉਹ ਆ ਜਾਏਗੀ ਤੇ ਉਸ ਤੋਂ ਬਾਅਦ ਜਿਹੜਾ ਗਵਰਨਮੈਂਟ ਨੇ ਇੱਕ ਨਵੀਂ ਚੀਜ਼ ਇੰਟਰੋਡਿਊਸ ਕੀਤੀ ਆ ਇਸ ਵਾਰ ਪੇਪਰ ਦੇ ਵਿੱਚ ਮੇਬੀ ਉਹ ਸਾਰੇ ਬੋਰਡ ਇਗਜ਼ਾਮ ਦੇ ਲਈ ਵੀ ਆ 5 ਮਾਰਕਸ ਜਿਹੜੇ ਨੇ ਉਹ ਦਿੱਤੇ ਜਾਣਗੇ ਰਾਈਟਿੰਗ ਬੇਸਡ ਤਾਂ 5 ਮਾਰਕਸ ਜਿਹੜੇ ਬੱਚਿਆਂ ਨੂੰ ਇਦਾਂ ਹੀ ਗਰੰਟ ਕੀਤੇ ਜਾਣਗੇ ਅਕੋਰਡਿੰਗ ਟੂ देयर ਰਾਈਟਿੰਗ ਸੋ ਇਹ ਬਹੁਤ ਵਧੀਆ ਚੀਜ਼ ਕੀਤੀ ਗਈ ਆ ਤਾਂ ਜੋ ਕੀ ਆ ਬੱਚੇ इजीली ਆਪਣੀ ਰਾਈਟਿੰਗ ਵੀ ਇੰਪਰੂਵ ਕਰ ਸਕਣ ਤੇ ਵਧੀਆ ਢੰਗ ਨਾਲ ਸਟੱਡੀ ਕਰ ਸਕਣ ਇਹ ਸੀਗਾ ਸੈਸ਼ਨ ਜਿਹਦੇ ਵਿੱਚ ਅਸੀਂ ਅੱਜ ਡਿਸਕਸ ਕੀਤਾ ਪੂਰਾ ਪੇਪਰ ਇਹ ਪੇਪਰ ਦੀ ਪੀਡੀਐਫ ਵੀ ਤੁਹਾਨੂੰ ਜਿਹੜੀ ਆ ਉਹ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗੀ ਤਾਂ ਤੁਸੀਂ ਉਹਨੂੰ ਡਾਊਨਲੋਡ ਕਰਕੇ ਆਪਣੇ ਘਰ ਦੇ ਵਿੱਚ ਬੈਠ ਕੇ ਤੁਸੀਂ ਇਹਨੂੰ ਸੋਲਵ ਵੀ ਕਰ ਸਕਦੇ ਹੋ ਜੋ ਕੋਈ ਬੱਚਾ ਮੈਨ ਨਾਲ ਸ਼ੇਅਰ ਕਰਨਾ ਚਾਹੇਗਾ ਤਾਂ ਸ਼ੇਅਰ ਵੀ ਕਰ ਸਕਦਾ ਵਾ ਤੇ ਮੈਂ ਉਹਨੂੰ ਚੈੱਕ ਕਰਕੇ ਉਹਦੇ ਆਨਸਰ ਵੀ ਦਊਂਗਾ ਠੀਕ ਹੈ ਜੀ ਤਾਂ ਤੁਸੀਂ ਇਹਨੂੰ ਸ਼ੇਅਰ ਕਰ ਲੈਣਾ ਜਿੰਨਾ ਹੋ ਸਕੇ ਇਹਨੂੰ ਸੋਲਵ ਕਰ ਲੈਣਾ ਤੇ ਇਹਨੂੰ ਦੇਖ ਲੈਣਾ ਠੀਕ ਹੈ ਜੀ ਕਿਉਂਕਿ ਇਹਹੀ ਪੇਪਰ ਜਿਹੜਾ ਵਾ ਤੁਹਾਡਾ ਇਹ ਫਾਈਨਲ ਪੈਟਰਨ ਬੇਸਡ ਆਏਗਾ ਕਿਉਂਕਿ ਇਹ ਪੰਜਾਬ ਸਕੂ ਠੀਕ ਹੈ थैंक यू सो मच आज ये ਤੁਹਾਡੇ ਲਈ ਇੱਕ ਟਾਸਕ ਆ ਜਿਹੜਾ ਤੁਸੀਂ ਸੋਲਵ ਕਰਨੀ ਹੈ ਤੇ इवन ਇਹਨੂੰ ਚੈੱਕ ਕਰਨਾ ਵਾ ਪੇਪਰ ਕਿੱਦਾਂ ਦਾ ਆਏਗਾ ਤੇ ਜੇਕਰ ਫਿਰ ਵੀ ਕੋਈ ਪ੍ਰੋਬਲਮ ਆਏਗੀ ਤਾਂ ਮੈਨੂੰ ਕਮੈਂਟ ਬਾਕਸ ਤੇ ਵੀ ਦੱਸ ਦੇਣਾ थैंक्स अ लॉट वाचिंग फॉर माय सेशन